ਚੰਦਰ ਪਰਾਲੀ ਦੇ ਮਸਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਵੱਲੋਂ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਪਾਰਟੀ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲਖੋਵਾਲ ਨੇ ਮੰਗ ਕੀਤੀ ਹੈ ਕਿ ਸਰਕਾਰ ਪਰਾਲੀ ਦੇ ਨਿਪਟਾਰੇ ਲਈ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਬੋਨਸ ਦੇਵੇ ਤਾਂ ਜੋ ਕਿਸਾਨ ਪਰਾਲੀ ਨੂੰ ਖੇਤਾਂ ਦੇ ਵਿੱਚ ਨਸ਼ਟ ਕਰ ਸਕਣ। ਇਸ ਮੌਕੇ ਉਹਨਾਂ ਅਲਟੀਮੇਟਮ ਦਿੱਤਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਿਨਾਂ ਅੜੀਅਲ ਰੁਪਈਆ ਅਪਣਾਇਆ ਤਾਂ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ। ਜੇਕਰ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੂੰ ਰੋਕਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਨਾਲ ਲੱਗ ਕੇ ਪਰਾਲੀ ਸੜਕਾਂ 'ਤੇ ਸੁੱਟੀ ਜਾਵੇਗੀ ਅਤੇ ਫਿਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਲਖੋਵਾਲ ਨੇ ਸਰਕਾਰਾਂ ਦੇ ਇਸੇ ਰਵੱਈਏ ਨੂੰ ਹੀ ਕਿਸਾਨ ਖੁਦਕੁਸ਼ੀਆਂ ਲਈ ਦੋਸ਼ੀ ਕਰਾਰ ਦਿੱਤਾ। ਬਈ ਸਾਨੂੰ ਸੰਦ ਵੀ ਦੇ ਦਵੋ ਸਬਸਿਡੀ ਤੇ, ਸਾਨੂੰ ਕੋਈ ਸੰਦ ਨਹੀਂ ਮਿਲੇ। ਜਿਹੜੀ ਸਬਸਿਡੀ ਤੇ ਇਹਨਾਂ ਨੇ ਸੰਦ ਵੀ ਦਿੱਤੇ ਆ, ਉਹ ਵੀ ਇਹਨਾਂ ਨੇ ਕੰਪਨੀਆਂ ਮੁਕਰ ਕਰਦੀਆਂ ਵੀ ਇਹ ਕੰਪਨੀਆਂ ਤੋਂ ਲਓ। ਜੇ ਰੋਟਾਵੇਟਰ ਦੀ ਗੱਲ ਕਰ ਲਓ, ਮਾਰਕੀਟ 'ਚ ਰੋਟਾਵੇਟਰ 80,000 ਦਾ ਮਿਲ ਜਾਂਦਾ, ਪਰ ਜਿਹੜੀਆਂ ਇਹ ਕੰਪਨੀਆਂ ਤੋਂ ਕਹਿੰਦੇ ਆ ਉੱਥੇ ਸਾਨੂੰ 1,12,000 ਦਾ ਮਿਲਦਾ, 30-40% ਸਬਸਿਡੀ ਦਿੰਦੇ, 1,20,000 ਦਾ ਤਾਂ ਉਹੀ ਬਣਦਾ, ਉਹ 3,000 ਵੱਖਰਾ ਲੈ ਲੈਂਦੇ, ਸਾਨੂੰ 5,000 ਦਾ ਸਿਰਫ ਫਾਇਦਾ ਹੁੰਦਾ, ਕੋਈ ਫਾਇਦਾ ਨਹੀਂ ਸਬਸਿਡੀ ਦਾ। ਇਹ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਜਿੱਥੋਂ ਮਰਜ਼ੀ ਕਿਸਾਨ ਲਵੇ ਤੇ ਸਾਨੂੰ ਬਿੱਲ ਦੇ ਦੇਵੇ, ਉਹਦੇ ਤੇ ਅਸੀਂ 40% ਸਬਸਿਡੀ ਦੇਵਾਂਗੇ, ਪਰ ਅਸੀਂ 40% ਵੀ ਸਾਨੂੰ ਮਨਜ਼ੂਰ ਨਹੀਂ। ਐਡੇ ਵੱਡੇ ਮਹਿੰਗੇ ਅਸੀਂ ਚੀਜ਼ਾਂ ਨਹੀਂ ਲੈ ਸਕਦੇ। ਅਸੀਂ 80-90% ਸਬਸਿਡੀ ਮੰਗਦੇ ਹਾਂ, ਪਿਛਲੇ ਸਾਲ ਵੀ ਮੰਗ ਕੀਤੀ ਸੀ, ਐਤਕੀ ਵੀ ਮੰਗ ਕਰਦੇ ਹਾਂ ਵੀ 200 ਰੁਪਈਆ ਕੁਇੰਟਲ ਦੇ ਉੱਪਰ ਸਾਨੂੰ ਬੋਨਸ ਦੇ ਦੇਵੇ। ਕੋਈ ਚੀਜ਼ ਜੇ ਹੁਣ ਇਹਨਾਂ ਨੇ ਨਹੀਂ ਵੀ ਸਾਨੂੰ ਸੰਦ ਦਿੱਤੇ, ਹੁਣ ਘੜੀ ਇਹ ਆ ਵੀ 2 ਦਿਨਾਂ ਦੀ ਗੱਲ ਆ, 2 ਦਿਨਾਂ ਦੇ ਵਿੱਚ ਜਾਂ ਤਾਂ ਸਾਨੂੰ 200 ਰੁਪਈਆ ਪ੍ਰਤੀ ਕੁਇੰਟਲ ਇਹ ਬੋਨਸ ਅਨਾਊਂਸ ਕਰ ਦੇਣ। ਹੁਣ ਕੈਪਟਨ ਸਾਹਿਬ ਕਹਿ ਦਿੰਦੇ ਆ ਕੈਸ਼ ਵੀ ਸੈਂਟਰ ਦੇਵੇ, ਅਸੀਂ ਇਹਨਾਂ ਦੀ ਸਰਕਾਰ ਬਣਾਈ ਆ, ਜਵਾਬਦੇਹ ਸਾਨੂੰ ਪੰਜਾਬ ਸਰਕਾਰ ਆ, ਜਾਂ ਸੈਂਟਰ ਨਾਲ ਸਾਡੇ ਨਾਲ ਲੜਨ। ਅਸੀਂ ਸੈਂਟਰ ਨਾਲ ਲੜਨ ਗਏ ਸੀ, ਗਏ ਕਿਉਂ ਨਹੀਂ? ਜੇ ਸੈਂਟਰ ਜਵਾਬਦੇਹ ਆ, ਕਿਸਾਨ ਲੜਨ ਗਿਆ ਸੀ, ਗਏ ਕਿਉਂ ਨਹੀਂ? ਸੈਂਟਰ ਨਾਲ ਬਾਅਦ ਚ ਲੜਾਈ ਲੜ ਲਾਂਗੇ, ਪਹਿਲਾਂ ਪੰਜਾਬ ਸਰਕਾਰ ਦੀ ਜਿਹੜੀ ਇਹ ਗੱਲ ਆ, ਪੰਜਾਬ ਸਰਕਾਰ ਤੋਂ ਅਸੀਂ ਬੋਨਸ ਲੈਣਾ, ਇਹਨਾਂ ਦੀ ਸਰਕਾਰ ਆ ਇੱਥੇ, 200 ਰੁਪਈਆ ਪ੍ਰਤੀ ਕੁਇੰਟਲ ਬੋਨਸ ਦੇਵੇ, ਨਹੀਂ ਸਾਨੂੰ 5,000 ਪਰ ਏਕੜ। ਅਸੀਂ ਬੜਾ ਘੱਟ ਮੰਗਦੇ ਹਾਂ, ਸਾਡਾ 8-10,000 ਰੁਪਈਆ ਖਰਚ ਆਉਂਦਾ, ਅਸੀਂ ਕਹਿੰਦੇ ਚਲੋ ਬਾਕੀ ਅਸੀਂ 20 ਕਰ ਲਵਾਂਗੇ, ਅਸੀਂ ਖਰਚ ਕਰ ਲਵਾਂਗੇ, ਸਾਨੂੰ ਫੌਰੀ ਤੌਰ ਤੇ 5,000 ਰੁਪਈਆ ਇਹ ਦੇਣ, ਰਾਹ ਕੈਸ਼, ਅਸੀਂ ਅੱਗ ਨਹੀਂ ਲਾਵਾਂਗੇ। ਅਜੇ ਤਾਂ 2-4% ਝੋਨਾ ਆਇਆ, ਅਗਲੇ ਦਿਨਾਂ 'ਚ ਆ ਜਾਣਾ, ਨਹੀਂ ਤਾਂ ਮਜਬੂਰ ਹੋ ਕੇ ਸਾਡੇ ਬਸ ਕੁਛ ਨਹੀਂ, ਆ ਕੇ ਦੇਖ ਲੈਣ, ਅਸੀਂ ਕੁਛ ਨਹੀਂ ਕਰ ਸਕਦੇ ਪਰਾਲੀ ਨੂੰ, ਨਹੀਂ ਤਾਂ ਅਸੀਂ ਫਿਰ ਅੱਗ ਲਾਵਾਂਗੇ।